ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਲੱਗੇ ਆ ਪਿੰਡ ਕਾਤਰੋਂ, ਤਹਿਸੀਲ ਧੂਰੀ ਤੇ ਜ਼ਿਲ੍ਹਾ ਬਾਈ ਹੋਰਾਂ ਨੂੰ ਰਹਿ ਜਾਂਦਾ ਸਾਡੇ ਵਾਲਾ ਸੰਗਰੂਰ। ਝੋਟੀ ਇੱਕੋ ਹੀ ਦਿਖਾਵਾਂਗੇ, ਘਰੇਲੂ ਸੱਜਣਾ, ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ। ਕਿਉਂਕਿ ਕਾਫੀ ਸੱਜਣਾ ਦੀ ਜੇ ਗੱਲਬਾਤ ਕਰ ਲਈਏ ਡਿਮਾਂਡ ਰਹਿੰਦੀ ਆ ਵੀ ਕਿਸੇ ਘਰੇਲੂ ਘਰ 'ਚੋਂ ਆਪਾਂ ਨੂੰ ਜੇ ਚੰਗੀ ਝੋਟੀ ਮਿਲ ਜੇ। ਝੋਟੀ ਹੈਗੀ ਆ ਚੰਗੀ ਕੁਆਲਿਟੀ, ਹੈਗੀ ਆ ਟੋਪਰ, ਤੁਹਾਡੇ ਸਾਹਮਣੇ ਆ। ਬਾਕੀ ਕਮੈਂਟ ਕਰਕੇ ਦੱਸਣਾ ਤੁਹਾਡਾ ਫਰਜ਼ ਆ ਵੀ ਦੀ ਕੁਆਲਿਟੀ ਤੁਹਾਨੂੰ ਲੱਗੀ ਕਿੱਦਾਂ ਦੀ। ਤੇ ਆ ਜਾਓ, ਬਾਕੀ ਬਾਈ ਨਾ ਕਰਾਉਂਦੇ ਆ, ਗੱਲਬਾਤ ਖੋਲ ਕੇ ਤੋਰ ਕੇ ਦਿਖਾਵਾਂਗੇ। ਤੇ ਇੱਕ ਗੱਲ ਹੋਰ ਵੀ ਦੱਸ ਦੇਣਾ, ਬਾਈ ਬਲਦਾਂ ਦੇ ਮਹਿਕਮੇ ਦਾ ਸਟਾਰ ਵੀ ਆ, ਬਲਦਾਂ ਦੇ ਡਿਪਾਰਟਮੈਂਟ 'ਚ ਬਾਈ ਹੋਰਾਂ ਨੇ ਬਲਦ ਲੰਮਾ ਸਮਾਂ ਭਜਾਏ ਨੇ। ਪਰ ਪਸ਼ੂ ਬਾਈ ਹੋਰੀ ਰੱਖਦੇ ਨੇ ਸ਼ੌਂਕ ਨੂੰ, ਕੋਈ ਵੇਚਣ ਵਾਲਾ ਸਿਸਟਮ ਨਹੀਂ। ਆ ਜਾਓ ਜੀ। ਹੋਰ ਬਾਈ ਜੀ, ਸਤਿ ਸ਼੍ਰੀ ਅਕਾਲ। ਠੀਕ ਠਾਕ? ਹਾਂਜੀ, ਨਾਮ ਦੱਸ ਦਿਓ ਆਪਣਾ। ਮੇਰਾ ਨਾਮ ਜਗਦੀਪ ਸਿੰਘ ਹੈ ਜੀ, ਪਿੰਡ ਕਾਤਰੋਂ, ਜ਼ਿਲ੍ਹਾ ਸੰਗਰੂਰ, ਤਹਿਸੀਲ ਧੂਰੀ। ਤਹਿਸੀਲ ਧੂਰੀ, ਹਾਂਜੀ ਹਾਂਜੀ। ਹਾਂ, ਜੇ ਕੋਈ ਬਲਦ ਵਾਲਾ ਸੱਜਣ ਦੇਖਦਾ ਹੋਇਆ ਤਾਂ ਸੈਲ ਦੂਰ ਹਾਂਜੀ ਹਾਂਜੀ ਵੀ ਬਾਈ ਹੋਰੀ ਹੁਣ ਮੱਝ ਵੇਚ ਰਹੇ ਨੇ ਹਾਂਜੀ ਅੱਜ ਵੀ। ਹਾਂਜੀ, ਉਦਾਂ ਬਲਦ ਕਿੰਨੇ ਕੁ ਸਾਲ ਪਜਾਏ ਨੇ ਬਾਈ? ਬਲਦ ਬਾਈ ਤਕਰੀਬਨ 12-13 ਸਾਲ ਪਜਾਏ। ਕਿਵੇਂ ਰਿਹਾ ਐਕਸਪੀਰੀਅੰਸ? ਬਹੁਤ ਸੋਹਣਾ, ਬਹੁਤ ਵਧੀਆ ਰਿਹਾ। ਮਤਲਬ ਹੈ ਗਿਆ ਨਾਮ ਫੁੱਲ ਆ? ਹਾਂਜੀ, ਪੂਰਾ ਵਧੀਆ, ਬਹੁਤ ਵਧੀਆ ਉਧਰਲੇ ਇੰਜੋਏ ਹੁੰਦਾ। ਉਧਰਲੇ ਖੇਤਰ 'ਚ ਨਾਮ ਬਾਈ ਦਾ ਚੰਗਾ, ਤੇ ਜਿਹੜੇ ਘਰੇ 2-4 ਪਸ਼ੂ ਰੱਖਦਾ ਉਹ ਉਦਾਂ ਮੈਂ ਤੁਹਾਨੂੰ ਸ਼ੌਂਕ ਨੂੰ ਦਿਖਾਊਂਗਾ। ਇੱਕ ਝੋਟੀ ਬਾਈ ਨੇ ਆਪਣੀ ਵੀਡੀਓ ਤੋਂ ਖਰੀਦੀ ਸੀ ਰਾਏਕੋਟ ਵਾਲੇ ਰਾਜੇ ਤੋਂ, ਹੈ ਹਾਂਜੀ ਹਾਂਜੀ, ਉਹ ਵੀ ਚੰਗੇ ਦੇ ਉੱਤੇ ਚੱਲੀ ਆ। ਪਹਿਲਾਂ ਇਸ ਝੋਟੀ ਦੀ ਗੱਲਬਾਤ ਕਰਾਂਗੇ, ਇਹਨੂੰ ਖੋਲ ਕੇ ਤੋਰ ਦੇ ਬਾਈ। ਸੂਆ ਕਿਹੜਾ ਇਹਦਾ ਬਾਈ? ਇਹਦਾ ਦੂਜਾ ਸੂਆ ਜੀ। ਸੂਆ ਹੈਗਾ ਦੂਜਾ, ਤੇ ਹੁਣ ਦਿਨ ਕਿੰਨੇ ਕੁ ਕੱਢ ਦੂਗੀ ਬਾਈ ਤਰੀਕ ਦੇ ਹਿਸਾਬ ਨਾਲ ਜਿਹੜੇ ਬਾਕੀ ਨੇ? ਦਿਨ ਤਰੀਕ ਦੇ ਹਿਸਾਬ ਨਾਲ ਜੀ 6-7 ਦਿਨ ਹਜੇ ਪਏ ਆ ਗਏ, ਉੱਤੇ ਜਿੰਨੇ ਮਰਜ਼ੀ ਲੈ ਜੀ ਹਜੇ। ਤਰੀਕ ਦੇ ਹਿਸਾਬ ਨਾਲ ਬਾਈ ਕਹਿੰਦਾ ਦਿਨੇ ਦੇ ਪਏ ਆ 6-7, ਤੇ ਜਿਹੜੀ ਬਾਡੀ ਬੂਡੀ ਆ ਝੋਟੀ ਦੀ ਲਾਜਵਾਬ ਆ, ਜਿਹੜਾ ਥਣਾਂ ਦੇ ਵਿੱਚ ਗੈਪ ਆ ਸੱਜਣੋ ਉਹ ਵੀ ਲਾਜਵਾਬ ਆ। ਹਰੇਕ ਪੱਖ ਤੋਂ ਝੋਟੀ ਲਾਜਵਾਬ ਆ। ਜੇ ਗੱਲਬਾਤ ਕਰ ਲਈਏ ਬਾਈ ਦੂਜਾ ਆਪਣਾ ਪਹਿਲੇ ਸੂਏ ਦਾ ਦੁੱਧ ਕਿੰਨਾ ਕਰਿਆ? ਇਹਦਾ ਬਾਈ 16.5 ਕਿਲੋ ਦੁੱਧ ਪੂਰਾ ਚੋਇਆ, 17 ਵੀ ਦਿੱਤਾ ਜਾਂਦੀ, 16.5 ਦੁੱਧ ਪੂਰਾ ਚੋਇਆ। ਇਹ ਲੀਟਰ ਵਾਲਾ ਰਹਿ ਜਾਂ ਕੰਡੇ ਵਾਲਾ? ਨਹੀਂ ਬਾਈ, ਆਪਾਂ ਕੰਡੇ ਦੀ ਜੋਗਦੇ, ਲੀਟਰ ਲੂਟਰ ਆਪਣਾ ਮਿਣ ਦਾ ਕੋਈ ਹੈ ਨਹੀਂ ਸਾਬ। ਠੀਕ ਆ ਗੱਲ। ਹਾਂ, ਲੀਟਰ ਵਾਲਾ ਬਾਈ ਕਹਿੰਦਾ ਸਿਸਟਮ ਆਪਣੇ ਕੋਲੇ ਹੈ ਨਹੀਂ, ਆਪਾਂ ਇਹਦਾ ਦੁੱਧ ਸੱਜਣੋ ਤੋਲਿਆ ਹੋਇਆ ਕੰਡੇ ਤੇ ਕਿਲੋਆਂ 'ਚ। ਲੀਟਰ 16.5 ਦੇ ਝੱਗ ਝੁੱਗਣਾ ਤਾਂ 18-19 ਦੇੜ ਗੇੜੀ ਹੋ ਜਾਂਦੇ ਆ, ਤੇ ਇਹਦਾ ਦੁੱਧ ਆ ਕੰਡੇ ਵਾਲਾ ਪੈਲਣ ਦਾ 16.5 ਕਿਲੋ। ਤੇ ਇਸ ਵਾਰੀ ਜਿਹੜੇ ਸੱਜਣ ਨੇ ਖਰੀਦਣੀਆਂ, ਉਹਨੇ ਖਰੀਦਣੀਆਂ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਬਾਈ, ਵੀ ਮੇਰੇ ਕੋਲ ਇਹ 15 ਪਾ ਦੂ ਜਾਂ 20 ਪਾ ਦੂ ਜਾਂ 21 ਪਾ ਦੂ। ਹਾਂਜੀ, ਉਹ ਸੇਵਾ ਦੇ ਹਿਸਾਬ ਨਾਲ ਜੀ ਤਕਰੀਬਨ ਸੇਵਾ ਦਾ ਬਾਈ, ਹੈਨਾ। ਚਵਾਈ ਦੀ ਕਿਵੇਂ ਆ ਬਾਈ? ਚਵਾਈ ਵੀਰੇ ਪੂਰੀ ਟੌਪ ਆ, 1 ਨੰਬਰ ਚਵਾਈ ਆ ਜੀ, ਕੋਈ ਦਿੱਕਤ ਨਹੀਂ। ਚਵਾਈ ਮਤਲਬ ਸ਼ਰਲਾ ਛਿੱਟਾ? ਨਹੀਂ ਨਹੀਂ ਬਾਈ, ਕੋਈ ਗਰੰਟੀ ਆ, ਕੋਈ ਚੱਕਰ ਨਹੀਂ। ਫੋਕੀ ਆ ਚਵਾਈ? ਪੂਰੀ ਵਧੀਆ ਪੋਲੀ ਧਾਰ ਆ, ਬਹੁਤ ਸੋਹਣੀ ਧਾਰ। ਬਾਈ ਕਹਿੰਦਾ ਫੋਕੀ ਆ, ਤੇ ਦੁੱਧ ਕਿੰਨਾ ਕੁ ਟਾਈਮ ਪਿਆ ਗਈ ਜੀ ਫਿਰ? ਦੁੱਧ ਬਾਈ ਅਸੀਂ ਤਕਰੀਬਨ ਹੁਣ ਛੱਡੀ ਸੀ 7 ਮਹੀਨੇ, ਚੋ ਕੇ ਫੇਰ ਛੱਡੀ ਹੈਗੀ, ਜਦੋਂ 3 ਮਹੀਨੇ ਸੀ ਛੱਡਤੀ ਸੀ ਪਹਿਲਾਂ। 3 ਮਹੀਨੇ? ਹਾਂ। ਆ ਪਸ਼ੂ ਬਾਈ ਕੋਲੇ ਸਾਰੀ ਟੌਪ ਕੁਆਲਿਟੀ ਦੇ ਨੇ। ਪਸ਼ੂ ਬਾਈ ਕਹਿੰਦਾ ਆਪਾਂ ਤਕਰੀਬਨ ਗੱਲਾਂ ਬਾਤਾਂ ਕਰੀਆਂ ਭਰਾ ਨਾਲ ਵੀ 7 ਕੁ ਮਹੀਨਿਆਂ ਤੱਕ ਪਸ਼ੂ ਨੂੰ ਚੋ ਲੈਂਦੇ ਆ, ਚੰਗੀ ਬਰੀਡ ਦਾ ਪਸ਼ੂ ਆ ਜਿਹੜਾ ਲੰਮਾ ਟਾਈਮ ਦੁੱਧ ਵੀ ਬਾਈ ਉਹੀ ਦਿੰਦਾ। ਹਾਂਜੀ ਹਾਂਜੀ ਹਾਂਜੀ। ਇਸ ਵਾਰੀ ਕਿੰਨੀ ਕੁ ਉਮੀਦ ਆ ਤੈਨੂੰ? ਉਮੀਦ ਤਾਂ ਅੱਜ ਵੀ 20 ਕਿਲੋ ਦੇਣਾ ਚਾਹੀਦਾ ਜੀ ਇਹਨੂੰ, ਤੇ ਬਾਕੀ ਹੁਣ ਸਾਂਭ ਸੰਭਾਲ ਦੇ ਸਿਰ ਤੇ ਆ, ਬਹੁਤ ਆਪਣੀ ਕਰੀ ਹੋਈ ਆ ਸਾਂਭ ਤਾਂ ਬਾਈ। ਬਾਈ ਕਹਿੰਦਾ ਸਾਂਭ ਸੰਭਾਲ ਚੰਗੀ ਕਰੀ ਆ, ਖਾਦ ਖੁਰਾਕ ਵੀ ਇਹਨੂੰ ਚੰਗੀ ਦਿੱਤੀ ਹੋਈ ਆ, ਤੇ ਬਾਕੀ ਕੱਦ ਵਿੱਢ ਵੀ ਝੋਟੀ ਦਾ ਚੰਗਾ। ਸੂਆ ਬਾਈ ਨੇ ਜਿਵੇਂ ਦੱਸਿਆ ਵੀ ਦੂਜਾ ਸੂਆ ਅਗਲੇ ਬੰਨੋਂ ਦਿਖਾਈ ਕਰੀ ਵਿਊ ਕਰਕੇ ਥਣਾ ਦਾ ਗੈਪ ਆ ਜਿਹੜਾ, ਕਿਉਂਕਿ ਦਿਨ ਹਜੇ ਹਫ਼ਤਾ ਇਹਦਾ ਤਰੀਕ ਹੋਣ 'ਚ ਪਿਆ, ਤੇ ਜਿਹੜੇ ਹਿਸਾਬ ਨਾਲ ਝੋਟੀ 'ਚ ਸੱਜਣੋ ਜਾਨ ਜੂਨ ਆ, ਜੇ ਜਾ ਕੇ ਸੱਜਣ ਕੋਲੇ ਜੀ ਲਾਉਂਦੀ ਆ ਕਿਸੇ ਕੋਲੇ 10 ਦਿਨ ਘੱਟੋ ਘੱਟ ਇਹ ਝੋਟੀ ਕੱਢ ਦੂ। ਦਸਾਂ ਦਿਨਾਂ ਬਾਕੀ ਪਿਛਲੀ ਵੀਡੀਓ ਵੀ ਆਪਣੇ ਕੋਲੇ ਵੇਲ ਵਾਲ ਪਈ ਆ ਜੀ, ਠੀਕ ਹੈ ਜੀ ਆਪਾਂ। ਹਾਂਜੀ, ਹਾਂ, ਪਿਛਲੇ ਸਾਲ ਵਾਲੀ ਵੀਡੀਓ ਵੀ ਇਹਦੀ ਮੈਂ ਵਿੱਚ ਹੀ ਚਲਾ ਦੂੰਗਾ, ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹੋ, ਆਰਡਰ ਇੱਥੋਂ ਦਿਖਾ ਦੇਗਾ ਜੀ, ਅੱਗੇ ਪਿੱਛੇ ਦਾ ਬਣਾਉ ਉਰਲੇ ਬੰਨਿਓ ਆ ਕੇ।
ਇਹ ਇੱਥੋਂ ਆ ਕੇ ਆਰਡਰ ਦਿਖਾ ਦੇ ਵੀ ਆਰਡਰ ਬਣਾਊਗੀ ਸ਼ੂ ਤੱਕ ਦਾ ਅੱਗੇ ਪਿੱਛੇ ਦਾ ਆਰਡਰ ਬਣਾਊਗੀ ਤੇ ਦੁੱਧ ਐਤਕੀ ਬਾਈ ਕਹਿੰਦਾ ਪਾਊਗੀ 20 ਕਿਲੋ ਦੇ ਏੜ ਗੇੜ ਬਾਕੀ ਇਹਦੇ ਆਰਡਰ ਦੀ ਕੁਆਲਿਟੀ ਤੁਹਾਨੂੰ ਦੱਸੂਗੀ ਵੀ ਤੇ ਸਾਂਭ ਸੰਭਾਲ ਹੈ ਜਿਹੜੀ ਉਹ ਬਾਈ ਦੀ ਹੈਗੀ ਆ ਪੂਰੀ ਟੋਪਰ ਜਮਾਂ ਜਿਹੜੇ ਹਿਸਾਬ ਨਾਲ ਇਹਨੂੰ ਖੁਰਾਕ ਪਾਈ ਹੈ ਇਹਦੀ ਬਾਡੀ ਆ ਵੀ ਬਾਡੀ ਦੇ ਹਿਸਾਬ ਨਾਲ ਦਿਨ ਪੂਰੇ ਹੋਣ ਤੋਂ ਬਾਅਦ ਵੀ ਕਈ ਪਸ਼ੂ 5 ਤੋਂ 7 ਦਿਨ ਜਾਂ 2 ਤੋਂ 4 ਦਿਨ ਉੱਪਰ ਲਈ ਜਾਂਦੇ ਆ ਤੇ ਚਵਾਈ ਚਬੂਈ ਦੀ ਬਾਈ ਕਹਿੰਦਾ ਹਰੇਕ ਪੱਖ ਤੋਂ ਆਪਣੀ ਦੀ ਗਰੰਟੀ ਆ ਛਰਲੇ ਸਿੱਟੇ ਦੀ ਧਾਰ ਟਾਇਟ ਹੋਵੇ ਭਾਰ ਬੋਝ ਵਾਲੀ ਵੀ ਬਾਈ ਓਕੇ ਨਹੀਂ ਬਾਈ ਜਮਾਂ ਓਕੇ ਆ ਕੋਈ ਦਿੱਕਤ ਵਾਲੀ ਗੱਲ ਹਰੇਕ ਪੱਖ ਤੋਂ ਬਾਈ ਕਹਿੰਦਾ ਆਪਣੀ ਜ਼ਿੰਮੇਵਾਰੀ ਆ ਪੈਸੇ ਇਹਦੇ ਕਿੰਨੇ ਕੁ ਲੈ ਲਾਂਗੇ ਆਪਾਂ ਇਹਦੇ ਬਾਈ ਆਪਾਂ 1,55,000 ਰੁਪਏ 1,55,000 ਉਹ ਚ ਮਾਨਤਾਨ ਕਰ ਦਾਂਗੇ ਹਾਂਜੀ ਬਾਈ ਕਰ ਦਾਂਗੇ ਆ ਮਾਨਤਾਨ ਬਾਈ ਕਹਿੰਦਾ ਆ ਛੋਟ ਛੱਪਾ 1,55,000 ਚੋਂ ਕਰ ਦਾਂਗੇ ਫਿਕਸ ਜੀ ਕਿੰਨੇ ਕਰੀ ਦੇ ਦਾਂਗੇ ਜਮੀ ਫਿਕਸ ਬਾਈ 1,52,000 ਰੁਪਏ ਦੀ ਪੂਰੀ 52 ਦੀ ਹਾਂ ਬਾਈ ਕਹਿੰਦਾ ਫਿਕਸ ਜੀ ਆਪਾਂ 1,52,000 ਦੀ ਦੇ ਦਾਂਗੇ ਤੇ ਪਿਛਲੇ ਸੂਏ ਦੀ ਕੱਟੀ ਕਿਹੜੀ ਆਦੀ ਆਹੀ ਆ ਸੀ ਬਾਈ ਬਹੁਤ ਸੋਹਣੀ ਹਾਈਟ ਆ ਬਾਈ ਇਹ ਪਿਛਲੇ ਸੂਏ ਦੀ ਆਈ ਠੀਕ ਹੈ ਇਹਦੇ ਸੀਮਨ ਪਤਾ ਕਿਹੜਾ ਲੱਗਿਆ ਬਾਈ ਇਹਦੇ ਬਾਈ 9 ਨਹੀਂ ਆ ਉਹ ਜਾਂ ਵੀ ਕਿਹੜੇ ਸਾਹ ਦਾ ਠੀਕ ਹੈ ਪਰ ਹਰਿਆਣੇ ਦਾ ਸੀਮਨ ਹਰਿਆਣੇ ਵਾਲਾ ਲੱਗਿਆ ਹਾਂਜੀ ਤੇ ਚੰਗਾ ਸੀਮਨ ਲੱਗਿਆ ਜੇ ਗੱਲਬਾਤ ਕਰ ਲਈਏ ਹਾਂਜੀ ਹਾਂਜੀ ਬਹੁਤ ਸੋਹਣਾ ਆ ਸੀਮਨ ਬਾਈ ਨੇ ਜਿਵੇਂ ਦੱਸਿਆ ਵੀ ਡਾਕਟਰ ਤੋਂ ਬਾਈ ਕਹਿੰਦਾ ਆਪਾਂ ਕਹਿ ਕੀ ਰਖਾਇਆ ਵੀ ਇਹਦਾ ਦੁੱਧ ਪਹਿਲਣ ਦਾ 16.5-17 ਕਿਲੋ ਕੰਡੇ ਵਾਲਾ ਰਿਹਾ ਵੀ ਸੀਮਨ ਬਾਈ ਕਹਿੰਦਾ ਇਹਦੇ ਉਹ ਲਾਈ ਵੀ ਮਤਲਬ ਇਹਦੇ ਜਿਹੜੇ ਬੱਚੇ ਨੇ ਇਹ ਤੋਂ ਵੀ ਆਪਾਂ ਦੁੱਧ 'ਚ ਜਾਣ ਆ ਨੰਬਰ ਬੋਲ ਦਿਓ ਜੀ ਆਪਣਾ 90568-20093 ਇੱਕ ਵਾਰੀ 90568-20093 ਆ ਨੰਬਰ ਸੱਜਣੋ ਬਾਈ ਦਾ ਮੈਂ ਵੀਡੀਓ 'ਚ ਚਲਾ ਦੂੰਗਾ ਜਿਹੜੇ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਉਹ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ ਤੇ ਹੁਣ ਕਹਿ ਰਹੀ ਆ ਨਾਲ ਵਾਲੀਆਂ ਝੋਟੀਆਂ ਵੀ ਆ ਇੱਕ ਦੋ ਦਿਖਾ ਦਾਨੇ ਆ ਇਹ ਸ਼ੌਂਕ ਨੂੰ ਦਿਖਾਵਾਂਗੇ ਆਪਾਂ ਆ ਝੋਟੀ ਆਪਣੀ ਵੀਡੀਓ ਹਾਂਜੀ ਵੀਰੇ ਰਾਜੇ ਕੋਲ ਲੈਤੀ ਸੀ ਬਾਈ ਰਾਏਕੋਟ ਵਾਲੇ ਤੋਂ ਇਹ ਝੋਟੀ ਵੀ ਆਪਾਂ ਨੇ ਵੀਡੀਓ ਸਰਦੀ ਚ ਬਣਾਈ ਸੀ ਉੱਥੇ ਮੇਰਾ ਖਿਆਲ ਹੈ ਥਲੇ 14-15 ਕਿਲੋ ਦੁੱਧ ਸੀ ਹਾਂਜੀ ਹਾਂਜੀ ਆਪਣੇ ਕੋਲ ਕਿੰਨਾ ਕਰ ਗਈ ਸੀ ਆਪਣੇ ਕੋਲ ਇਹਨੇ 20 ਕਿਲੋ ਦੁੱਧ ਦਿੱਤਾ ਬਾਈ ਰਾਜੇ ਤੋਂ ਕੋਲ ਆਪਾਂ ਜਿੰਦੀ 16 ਲੀਟਰ ਧੋ ਕੇ ਲੈ ਕੇ ਆਏ ਸੀ ਠੀਕ ਹੈ ਜੀ ਤੇ ਆਪਣੇ ਕੋਲ ਜਿੱਦਾਂ ਪੂਰਾ ਵਧੀਆ ਉਹ ਕਰਿਆ ਦੁੱਧ ਦਿੱਤਾ ਉੱਥੇ ਨਾਲੋਂ ਸਾਂਭ ਵੀ ਗਈ ਐਤਕੀ ਹੈ ਨਾ ਹਾਂਜੀ ਉਹ ਲਿੱਸੀ ਵਾਲੀ ਸੀ ਇਸ ਵਾਰੀ ਉਮੀਦ ਚੰਗੀ ਆ ਝੋਟੀ ਇਹ ਵੀ ਹਰਿਆਣੇ ਤੋਂ ਆਈ ਹੋਈ ਸੀ ਕਿਉਂਕਿ ਜਿਹੜੀ ਬਰੀਡ ਤੁਹਾਨੂੰ ਮੈਂ ਤਾਂ ਕਰਕੇ ਦਿਖਾ ਰਿਹਾ ਇਹ ਵੀ ਚੰਗੀ ਬਰੀਡ ਹੈ ਚੰਗੇ ਨਸਲ ਦੇ ਪਸ਼ੂ ਨੇ ਤੁਹਾਨੂੰ ਚੰਗੇ ਪਸ਼ੂ ਰੱਖਣ ਦਾ ਸ਼ੌਂਕ ਬਣੇ ਅੱਗੇ ਆਹ ਵੱਡੀ ਮੱਝ ਦਾ ਸੂਆ ਕਿਹੜਾ ਬਾਈ ਇਹਦਾ ਹੀ ਚੌਥਾ ਸੂਆ ਇਹ ਕਿੰਨਾ ਕੁ ਪਾਉਂਦੀ ਆ ਇਹ ਬਾਈ ਇਹ 14-15 ਕਿਲੋ ਦੁੱਧ ਹੈਗਾ ਜੀ ਤਾਜ਼ੀ ਥੱਲੇ ਹਾਂਜੀ ਇਹ ਹੁਣ ਤਕਰੀਬਨ ਇਹਨੂੰ 3 ਮਹੀਨੇ ਵਾਂਗੂ ਹੋ ਗਿਆ ਤੇ ਹੈਗਾ 12-13 ਕਿਲੋ ਹੋਣ ਦੀ ਠੀਕ ਹੈ ਇਹ ਕੁਆਲਿਟੀ ਦੇ ਹਿਸਾਬ ਨਾਲ ਮੈਨੂੰ ਵੱਧ ਵਾਲੀ ਲੱਗਦੀ ਨਹੀਂ ਜੋ ਜਿੰਨੀ ਕਹੀਏ ਕਿਲੋ ਦੇ ਹਿਸਾਬ ਨਾਲ ਲੀਟਰ ਜੇ ਮਰਜ਼ੀ ਕਹੀਓ ਠੀਕ ਹੈ ਗੱਲ ਹਾਂਜੀ ਆਹ ਝੋਟੀ ਆ ਗਈ ਜਿਹੜੀ ਲਾਸਟ ਵਾਲੀ ਹਾਂਜੀ ਇਹ ਵੀ ਮੈਂ ਲੈ ਕੇ ਆਂਦੀ ਸੀ ਬਵਾਰ ਹੋ ਗਈ ਇਹਦਾ ਵਿਊ ਕਰਕੇ ਇਹਦਾ ਬਹੁਤ ਸੋਹਣਾ ਜੀ ਨੇੜਾ ਨੂੜਾ ਬਹੁਤ ਨੇ ਇਹਦੇ ਆਰਡਰ ਦੇ ਹਾਂ ਇਹ ਬਾਈ ਕਹਿੰਦਾ ਥੋੜੀ ਬਿਮਾਰ ਹੋਣ ਕਾਰਨ ਹਨਾ ਥੱਲੇ ਪੁੱਜੇ ਗਈ ਹਾਂਜੀ 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 ਇਹਨੇ ਇਹ ਵੀ ਹਰਿਆਣੇ ਚ ਲੈ ਜੀ ਇਹ ਵੀ ਆ ਬਾਈ ਰਾਜੇ ਨੇ ਅੱਛਾ ਰਾਜੇ ਨੇ ਹਾਂ ਹਾਂ ਜੀ ਆਪ ਜਾ ਕੇ ਲੈ ਕੇ ਆਏ ਜੀ ਆਪ ਜਾ ਕੇ ਲੈ ਕੇ ਜੀ ਠੀਕ ਹੈ ਗੱਲ ਇਹਨੇ ਕਿੰਨਾ ਕੁ ਦੁੱਧ ਪਾਤਾ ਬਾਈ ਇਹਨੇ ਦੁੱਧ ਦਿੱਤਾ ਜੀ 15 ਕਿਲੋ ਦੁੱਧ ਦਿੱਤਾ ਜੀ ਤੇ ਹੁਣ ਇਹ ਤਕਰੀਬਨ 2-2.5 ਮਹੀਨੇ ਦਾ ਸੂਆ ਹੈਗਾ ਜੀ ਠੀਕ ਆ ਇਹਨੂੰ ਸੂਈ ਨੂੰ ਚਿਰ ਹੋ ਗਿਆ ਹਾਂਜੀ ਹਾਂਜੀ ਹਾਂ ਇਹਨੂੰ ਸੂਈ ਨੂੰ ਬਾਈ ਕਹਿੰਦਾ ਚਿਰ ਹੋ ਗਿਆ ਇਹਨਾਂ ਚੋਂ ਕੋਈ ਝੋਟੀ ਫੋਰ ਸੇਲ ਨਹੀਂ ਫੋਰ ਸੇਲ ਉਹੀ ਵੱਡੀ ਝੋਟੀ ਆ ਕੇਰਾਂ ਗੈਰੀ ਹੋਰ ਮਾਰਦੇ ਕੈਮਰਾ ਇਧਰਲੇ ਬੰਨੇ ਲਿਆ ਕੇ ਇੱਥੋਂ ਵਿਖਾ ਦੇ ਆਰਡਰ ਉੱਡਰ ਅੱਗੇ ਪਿੱਛੇ ਦਾ ਸਮਾਰ ਕੇ ਜਮਾ ਇਹਨਾਂ ਨੇੜੇ ਲਾ ਕੇ ਸੂਆ ਹੈਗਾ ਦੂਜਾ ਦਿਨ ਕੱਢਦੀ ਆ 7 ਤਰੀਕ ਦੇ ਹਿਸਾਬ ਨਾਲ ਤੇ ਪਹਿਲਣ ਦਾ ਦੁੱਧ ਬਾਈ ਕਹਿੰਦਾ ਆਪਾਂ ਨੇ ਚੋਇਆ ਕੰਡੇ ਰੱਖਣ ਵਾਲਾ 16.5 ਕਿਲੋ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ।